ਨਿਆਰੀ ਵਿਭਾਗ ਦੇ ਬੇਲਦਾਰਾਂ ਨੇ ਹੀ ਬੇਲਦਾਰਾਂ ਵੱਲੋਂ ਪਾਣੀ ਚੋਰੀ ਦੀ ਖੋਲ੍ਹੀ ਪੋਲ। ਸਰਕਾਰੀ ਜ਼ਮੀਨ 'ਤੇ ਕਬਜ਼ਾ ਕਰਦਿਆਂ ਬੀਜੀਆਂ ਜਾ ਰਹੀਆਂ ਹਨ ਫਸਲਾਂ। ਅਧਿਕਾਰੀ ਕਾਰਵਾਈ ਕਰਨ ਤੋਂ ਕਰ ਰਹੇ ਨੇ ਆਨਾਕਾਨੀ। ਮਾਮਲਾ ਸ਼ੱਕ ਦੇ ਘੇਰੇ ਵਿੱਚ। ਰਾਜਸਥਾਨ ਨਹਿਰ ਦੇ ਬੇਲਦਾਰਾਂ ਵੱਲੋਂ ਲੰਮੇ ਸਮੇਂ ਤੋਂ ਧੜੱਲੇ ਨਾਲ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਦਿਆਂ ਸਰਹੰਦ ਫੀਡਰ ਨਹਿਰ ਵਿੱਚੋਂ ਪਾਣੀ ਚੋਰੀ ਕਰਕੇ ਫਸਲਾਂ ਬੀਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੈ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹੂਆਣਾ ਦਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਭਾਗ ਦੇ ਬੇਦਾਰ ਵੱਲੋਂ ਪਾਣੀ ਚੋਰੀ ਕੀਤੇ ਜਾਣ ਦੀ ਪੋਲ ਖੋਲ੍ਹੀ ਹੈ। ਵਿਭਾਗੀ ਕਾਰਵਾਈ ਨਾ ਕਰਨ ਕਰਕੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਵਿਭਾਗ ਦੇ ਇੱਕ ਬੇਲਦਾਰ ਰਾਮ ਮੀਟ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡ ਮਹੂਆਣਾ ਨਜ਼ਦੀਕ ਬੰਦ ਪਏ ਰੈਸਟ ਹਾਊਸ ਕੋਲ ਕੁਝ ਸਰਕਾਰੀ ਜ਼ਮੀਨ ਪਈ ਹੈ। ਉਕਤ ਜ਼ਮੀਨ ਰਾਜਸਥਾਨ ਦੇ ਦੋ ਬੇਲਦਾਰ ਲੰਬੇ ਸਮੇਂ ਤੋਂ ਕਾਬਜ਼ ਹਨ ਅਤੇ ਕੋਲੇ ਹੀ ਲੰਘਦੀ ਸਰਹੰਦ ਫੀਡਰ ਨਹਿਰ ਵਿੱਚੋਂ ਪਾਈਪਾਂ ਰਾਹੀਂ ਪਾਣੀ ਚੋਰੀ ਕਰਕੇ ਫਸਲਾਂ ਬੀਜਦੇ ਆ ਰਹੇ ਹਨ। ਤਾਜ਼ਾ ਸਥਿਤੀ ਇਹ ਹੈ ਕਿ ਕੁਝ ਰਕਬੇ ਵਿੱਚ ਪਸ਼ੂਆਂ ਲਈ ਚਾਰਾ ਬੀਜਿਆ ਹੋਇਆ ਹੈ ਅਤੇ ਕੁਝ ਰਕਬਾ ਵਾਹ ਕੇ ਰੱਖਿਆ ਹੋਇਆ ਹੈ ਜਿਸ ਉੱਪਰ ਕੋਈ ਫਸਲ ਬੀਜਣ ਦੀ ਤਿਆਰੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਉਹਨਾਂ ਨੇ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਹੈ, ਪਰੰਤੂ ਇਸ ਸੰਬੰਧੀ ਮਾਲ ਵਿਭਾਗ ਦੇ ਜ਼ਿਲ੍ਹੇਦਾਰ ਚੰਦਰ ਸ਼ੇਖਰ ਨੇ ਫੋਨ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਜਗ੍ਹਾ 4 ਏਕੜ ਹੈ। ਇਹ ਜ਼ਮੀਨ ਯਾਤਰੀ ਵਿਭਾਗ ਦੇ ਨਾਮ ਬੋਲਦੀ ਹੈ ਜਿਸ ਦਾ ਕੋਈ ਵੀ ਨਹਿਰੀ ਪਾਣੀ ਨਹੀਂ ਹੈ। ਇਸ ਸੰਬੰਧੀ ਜਦੋਂ ਸਰਹੰਦ ਫੀਡਰ ਦੇ SDO ਅਮਨਦੀਪ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਹੈ ਕਿ ਉਕਤ ਜਗ੍ਹਾ ਦਾ ਦੌਰਾ ਕਰਕੇ ਕੁਝ ਵੀ ਸਬੂਤ ਨਹੀਂ ਮਿਲੇ ਅਤੇ ਉਹ ਸੰਬੰਧਿਤ ਜ਼ਮੀਨ ਦੇ ਮਾਲਕ ਦਾ ਪਤਾ ਲਗਾ ਕੇ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਉਣਗੇ ਤਾਂ ਜੋ ਉਹ ਕੋਈ ਕਾਰਵਾਈ ਕਰ ਸਕਣ, ਪਰੰਤੂ ਪਾਣੀ ਚੋਰੀ ਕੀਤੇ ਜ਼ਮਾਨ ਸੰਬੰਧੀ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਨਹਿਰੀ ਆਪਣਾ ਸਰਹੰਦ ਫੀਡਰ ਮਹਿਕਮਾ, ਰਾਜਸਥਾਨ ਮਹਿਕਮਾ ਤੇ ਰੈਸਟੋਰੈਂਟ ਮਹਿਕਮਾ ਕੋਈ ਰਸੂਕ ਨੀ ਜੀ, ਧੱਕੇ ਨਾਲ ਬਸ ਕੰਮ ਚੱਲੀ ਜਾਂਦੇ। ਬੇਲਦਾਰ ਜੀ ਦੋ ਰਾਜਸਥਾਨ ਦੇ ਜੀ, ਰਾਜਸਥਾਨ ਦੇ ਬੇਲਦਾਰ ਜੀ। ਅਧਿਕਾਰੀਆਂ ਨੂੰ ਪਤਾ ਇਸ ਬਾਰੇ? ਹਾਂਜੀ ਪਤਾ ਜੀ, ਇਹ ਰਾਜਸਥਾਨ ਨੂੰ ਵੀ ਪਤਾ ਜੀ, ਸਾਡੇ ਸਰਹੰਦ ਫੀਡਰ ਨੂੰ ਪਤਾ। ਪੁਲਿਸ ਨੇ ਮੌਕਾ ਵੇਖਿਆ ਸੀ ਜੀ, ਉਹਨਾਂ ਨੇ ਕਹਿਤਾ ਜੀ ਬੰਦ ਕਰਦੇ ਪੈਪ, ਇਹ ਬੰਦ ਕਰਤੀ ਸੀਗੀ। ਇਹਨਾਂ ਨੇ 23 ਤਰੀਕ ਨੂੰ ਪੈਪ ਲਾਈ ਹੈ ਜੀ, ਫਿਰ ਲਾ ਰਹੇ? ਹਾਂਜੀ ਪੈਪ ਲਾ ਰਹੇ। ਉਹ ਤੁਹਾਡੀ ਨੌਲੇਜ 'ਚ ਹੈ ਜੀ ਗੱਲ ਨਹੀਂ, ਜੋ ਪਰਟੀਕੁਲਰ ਜੋ ਸ਼ਿਕਾਇਤ ਆਉਂਦੀ ਹੈ, ਹਾਂਜੀ, ਕੋਈ ਐਂ ਤਾਂ ਹੈ ਨਹੀਂ ਕੋਈ ਰੈਗੂਲਰ ਚੋਰੀ ਹੋ ਰਿਹਾ, ਪਰ ਕੋਈ ਜੋ ਇੱਕਾ ਦੁੱਕਾ ਘਟਨਾ ਹੁੰਦੀ ਹੈ ਉਹਦੇ 'ਤੇ ਅਸੀਂ ਜੋ ਬੰਦੀ ਕਰ ਰਹੀ ਉਹ ਕਰਦੇ ਹਾਂ।